ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਯੂਕੇ ਦੀ ਸੰਸਦ ਵਿੱਚ ਪੰਜਾਬੀਆਂ ਦਾ ਬੋਲਬਾਲਾ ਵੱਧ ਗਿਆ ਹੈ, ਕਿਉਂਕਿ ਹੁਣ ਇੱਥੇ 10 ਪੰਜਾਬੀਆਂ ਨੇ ਇੰਗਲੈਂਡ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਇਹ 10 ਹੀ MP ਚੁਣੇ ਗਏ ਨੇ। ਯੂਕੇ ਦੀ ਸੰਸਦ ਵਿੱਚ ਇਹਨਾਂ ਪੰਜਾਬੀਆਂ ਨੇ ਸੰਸਦ ਵਜੋਂ ਜਿੱਤ ਦਰਜ ਕੀਤੀ ਹੈ। ਇਹਨਾਂ 10 ਪੰਜਾਬੀਆਂ ਦੇ ਵਿੱਚ 5 ਔਰਤਾਂ ਨੇ ਜਦਕਿ 5 ਪੁਰਸ਼ ਨੇ ਜਿਨ੍ਹਾਂ ਨੇ ਜਿੱਤ ਦੇ ਝੰਡੇ ਗੱਡੇ ਨੇ। ਹਾਲਾਂਕਿ ਇੱਥੇ 2 ਚਿਹਰੇ ਅਜਿਹੇ ਵੀ ਨੇ ਜਿਨ੍ਹਾਂ ਨੇ 3ਜੀ ਵਾਰ ਇੱਥੇ ਜਿੱਤ ਦਰਜ ਕੀਤੀ ਹੈ, ਤਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ। ਇਹ 3ਜੀ ਵਾਰ ਯੂਕੇ ਸੰਸਦ ਵਿੱਚ MP ਚੁਣੇ ਗਏ ਨੇ, ਜੋ ਕਿ ਸੰਸਦ ਵਿੱਚ ਲਗਾਤਾਰ ਸਿੱਖ ਮੁੱਦਿਆਂ ਨੂੰ ਚੁੱਕਦੇ ਆ ਰਹੇ ਨੇ ਤਾਂ ਹੁਣ ਉਹਨਾਂ ਦੇ ਨਾਲ ਹੋਰ ਵੀ ਪੰਜਾਬੀ ਆ ਗਏ ਨੇ ਜਿਨ੍ਹਾਂ ਨੇ ਯੂਕੇ ਸੰਸਦ ਵਿੱਚ ਆਪਣੀ ਥਾਂ ਬਣਾ ਲਈ ਹੈ, MP ਚੁਣੇ ਗਏ ਨੇ। ਇਹਨਾਂ ਪੰਜਾਬੀਆਂ ਦੇ ਵਿੱਚ ਗੁਰਿੰਦਰ ਸਿੰਘ ਜੌਸਨ, ਕਿਰਤ ਆਹਲੂਵਾਲੀਆ, ਸੋਨੀਆ ਕੁਮਾਰ, ਹਰਪ੍ਰੀਤ ਕੌਰ ਉੱਪਲ, ਸਤਵੀਰ ਕੌਰ, ਵਰਿੰਦਰ ਜੱਸ, ਡਾਕਟਰ ਜੀਵਨ ਸੰਦਰ ਤੇ ਜੱਸ ਅਠਵਾਲ ਨੇ ਜਿੱਤ ਦਰਜ ਕੀਤੀ ਹੈ, ਜਦਕਿ ਤਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ 3ਜੀ ਵਾਰ MP ਚੁਣੇ ਗਏ ਨੇ। ਪੰਜਾਬੀਆਂ ਦੀ ਇਸ ਵੱਡੀ ਜਿੱਤ ਦੇ ਨਾਲ ਪੰਜਾਬ 'ਚ ਬੈਠੇ ਪੰਜਾਬੀਆਂ ਦਾ ਵੀ ਸਿਰ ਉੱਚਾ ਹੋ ਗਿਆ ਹੈ। ਹੁਣ ਯੂਕੇ ਦੀ ਸੰਸਦ ਦੇ ਵਿੱਚ ਵੀ ਪੰਜਾਬੀ ਗਰਜਣਗੇ। ਦੱਸ ਦਈਏ ਕਿ ਯੂਕੇ ਦੀ ਸੰਸਦ ਲਈ 10 ਪੰਜਾਬੀ ਚੁਣੇ ਗਏ ਨੇ। 10 ਪੰਜਾਬੀਆਂ ਨੇ ਬਤੌਰ MP ਜਿੱਤ ਦਰਜ ਕੀਤੀ ਹੈ ਤੇ ਉਹਨਾਂ ਨੂੰ ਸੰਸਦ ਚੁਣਿਆ ਗਿਆ ਹੈ। ਇੱਥੇ ਵੀ ਦੱਸ ਦਈਏ ਕਿ ਇਹਨਾਂ ਦੇ ਵਿੱਚ 5 ਔਰਤਾਂ ਤੇ 5 ਪੁਰਸ਼ ਸ਼ਾਮਲ ਨੇ ਤੇ ਇਹ ਸਾਰੇ ਹੀ ਲੇਬਰ ਪਾਰਟੀ ਦੇ ਨਾਲ ਸੰਬੰਧਿਤ ਨੇ। ਸੋ ਲੇਬਰ ਪਾਰਟੀ ਨੇ ਇੱਥੇ ਯੂਕੇ ਦੇ ਵਿੱਚ ਵੱਡੀ ਜਿੱਤ ਦਰਜ ਕੀਤੀ ਹੈ। ਇਹਨਾਂ ਪੰਜਾਬੀਆਂ ਨੇ ਵੀ ਵੋਟਰਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਭਰੋਸਾ ਜਤਾਇਆ ਤੇ ਬਾਹਰਲੇ ਮੁਲਕ ਵਿੱਚ ਇਹਨਾਂ ਨੂੰ ਮੌਕਾ ਦਿੱਤਾ ਤੇ ਜਤਾਇਆ ਹੈ। ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਯੂਕੇ ਦੀ ਸੰਸਦ ਵਿੱਚ ਪੰਜਾਬੀਆਂ ਦਾ ਬੋਲਬਾਲਾ ਵੱਧ ਗਿਆ ਹੈ, ਕਿਉਂਕਿ ਹੁਣ ਇੱਥੇ 10 ਪੰਜਾਬੀਆਂ ਨੇ ਇੰਗਲੈਂਡ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਇਹ 10 ਹੀ MP ਚੁਣੇ ਗਏ ਨੇ। ਯੂਕੇ ਦੀ ਸੰਸਦ ਵਿੱਚ ਇਹਨਾਂ ਪੰਜਾਬੀਆਂ ਨੇ ਸੰਸਦ ਵਜੋਂ ਜਿੱਤ ਦਰਜ ਕੀਤੀ ਹੈ। ਇਹਨਾਂ 10 ਪੰਜਾਬੀਆਂ ਦੇ ਵਿੱਚ 5 ਔਰਤਾਂ ਨੇ ਜਦਕਿ 5 ਪੁਰਸ਼ ਨੇ ਜਿਨ੍ਹਾਂ ਨੇ ਜਿੱਤ ਦੇ ਝੰਡੇ ਗੱਡੇ ਨੇ। ਹਾਲਾਂਕਿ ਇੱਥੇ 2 ਚਿਹਰੇ ਅਜਿਹੇ ਵੀ ਨੇ ਜਿਨ੍ਹਾਂ ਨੇ 3ਜੀ ਵਾਰ ਇੱਥੇ ਜਿੱਤ ਦਰਜ ਕੀਤੀ ਹੈ, ਤਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ। ਇਹ 3ਜੀ ਵਾਰ ਯੂਕੇ ਸੰਸਦ ਵਿੱਚ MP ਚੁਣੇ ਗਏ ਨੇ, ਜੋ ਕਿ ਸੰਸਦ ਵਿੱਚ ਲਗਾਤਾਰ ਸਿੱਖ ਮੁੱਦਿਆਂ ਨੂੰ ਚੁੱਕਦੇ ਆ ਰਹੇ ਨੇ ਤਾਂ ਹੁਣ ਉਹਨਾਂ ਦੇ ਨਾਲ ਹੋਰ ਵੀ ਪੰਜਾਬੀ ਆ ਗਏ ਨੇ ਜਿਨ੍ਹਾਂ ਨੇ ਯੂਕੇ ਸੰਸਦ ਵਿੱਚ ਆਪਣੀ ਥਾਂ ਬਣਾ ਲਈ ਹੈ, MP ਚੁਣੇ ਗਏ ਨੇ। ਇਹਨਾਂ ਪੰਜਾਬੀਆਂ ਦੇ ਵਿੱਚ ਗੁਰਿੰਦਰ ਸਿੰਘ ਜੌਸਨ, ਕਿਰਤ ਆਹਲੂਵਾਲੀਆ, ਸੋਨੀਆ ਕੁਮਾਰ, ਹਰਪ੍ਰੀਤ ਕੌਰ ਉੱਪਲ, ਸਤਵੀਰ ਕੌਰ, ਵਰਿੰਦਰ ਜੱਸ, ਡਾਕਟਰ ਜੀਵਨ ਸੰਦਰ ਤੇ ਜੱਸ ਅਠਵਾਲ ਨੇ ਜਿੱਤ ਦਰਜ ਕੀਤੀ ਹੈ, ਜਦਕਿ ਤਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ 3ਜੀ ਵਾਰ MP ਚੁਣੇ ਗਏ ਨੇ। ਪੰਜਾਬੀਆਂ ਦੀ ਇਸ ਵੱਡੀ ਜਿੱਤ ਦੇ ਨਾਲ ਪੰਜਾਬ 'ਚ ਬੈਠੇ ਪੰਜਾਬੀਆਂ ਦਾ ਵੀ ਸਿਰ ਉੱਚਾ ਹੋ ਗਿਆ ਹੈ। ਹੁਣ ਯੂਕੇ ਦੀ ਸੰਸਦ ਦੇ ਵਿੱਚ ਵੀ ਪੰਜਾਬੀ ਗਰਜਣਗੇ। ਦੱਸ ਦਈਏ ਕਿ ਯੂਕੇ ਦੀ ਸੰਸਦ ਲਈ 10 ਪੰਜਾਬੀ ਚੁਣੇ ਗਏ ਨੇ। 10 ਪੰਜਾਬੀਆਂ ਨੇ ਬਤੌਰ MP ਜਿੱਤ ਦਰਜ ਕੀਤੀ ਹੈ ਤੇ ਉਹਨਾਂ ਨੂੰ ਸੰਸਦ ਚੁਣਿਆ ਗਿਆ ਹੈ। ਇੱਥੇ ਵੀ ਦੱਸ ਦਈਏ ਕਿ ਇਹਨਾਂ ਦੇ ਵਿੱਚ 5 ਔਰਤਾਂ ਤੇ 5 ਪੁਰਸ਼ ਸ਼ਾਮਲ ਨੇ ਤੇ ਇਹ ਸਾਰੇ ਹੀ ਲੇਬਰ ਪਾਰਟੀ ਦੇ ਨਾਲ ਸੰਬੰਧਿਤ ਨੇ। ਸੋ ਲੇਬਰ ਪਾਰਟੀ ਨੇ ਇੱਥੇ ਯੂਕੇ ਦੇ ਵਿੱਚ ਵੱਡੀ ਜਿੱਤ ਦਰਜ ਕੀਤੀ ਹੈ। ਇਹਨਾਂ ਪੰਜਾਬੀਆਂ ਨੇ ਵੀ ਵੋਟਰਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਭਰੋਸਾ ਜਤਾਇਆ ਤੇ ਬਾਹਰਲੇ ਮੁਲਕ ਵਿੱਚ ਇਹਨਾਂ ਨੂੰ ਮੌਕਾ ਦਿੱਤਾ ਤੇ ਜਤਾਇਆ ਹੈ। ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਯੂਕੇ ਦੀ ਸੰਸਦ ਵਿੱਚ ਪੰਜਾਬੀਆਂ ਦਾ ਬੋਲਬਾਲਾ ਵੱਧ ਗਿਆ ਹੈ, ਕਿਉਂਕਿ ਹੁਣ ਇੱਥੇ 10 ਪੰਜਾਬੀਆਂ ਨੇ ਇੰਗਲੈਂਡ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਇਹ 10 ਹੀ MP ਚੁਣੇ ਗਏ ਨੇ।
ਯੂਕੇ ਦੀ ਸੰਸਦ ਵਿੱਚ ਇਹਨਾਂ ਪੰਜਾਬੀਆਂ ਨੇ ਸੰਸਦ ਵਜੋਂ ਜਿੱਤ ਦਰਜ ਕੀਤੀ ਹੈ। ਇਹਨਾਂ 10 ਪੰਜਾਬੀਆਂ ਦੇ ਵਿੱਚ 5 ਔਰਤਾਂ ਨੇ ਜਦਕਿ 5 ਪੁਰਸ਼ ਨੇ ਜਿਨ੍ਹਾਂ ਨੇ ਜਿੱਤ ਦੇ ਝੰਡੇ ਗੱਡੇ ਨੇ। ਹਾਲਾਂਕਿ ਇੱਥੇ 2 ਚਿਹਰੇ ਅਜਿਹੇ ਵੀ ਨੇ ਜਿਨ੍ਹਾਂ ਨੇ 3ਜੀ ਵਾਰ ਇੱਥੇ ਜਿੱਤ ਦਰਜ ਕੀਤੀ ਹੈ। ਤਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਇਹ 3ਜੀ ਵਾਰ ਯੂਕੇ ਸੰਸਦ ਵਿੱਚ MP ਚੁਣੇ ਗਏ ਨੇ, ਜੋ ਕਿ ਸੰਸਦ ਵਿੱਚ ਲਗਾਤਾਰ ਸਿੱਖ ਮੁੱਦਿਆਂ ਨੂੰ ਚੁੱਕਦੇ ਆ ਰਹੇ ਨੇ। ਤਾਂ ਹੁਣ ਉਹਨਾਂ ਦੇ ਨਾਲ ਹੋਰ ਵੀ ਪੰਜਾਬੀ ਆ ਗਏ ਨੇ ਜਿਨ੍ਹਾਂ ਨੇ ਯੂਕੇ ਸੰਸਦ ਦੇ ਵਿੱਚ ਆਪਣੀ ਥਾਂ ਬਣਾ ਲਈ ਹੈ, MP ਚੁਣੇ ਗਏ ਨੇ। ਇਹਨਾਂ ਪੰਜਾਬੀਆਂ ਦੇ ਵਿੱਚ ਗੁਰਿੰਦਰ ਸਿੰਘ ਜੌਸਨ, ਕਿਰਤ ਆਹਲੂਵਾਲੀਆ, ਸੋਨੀਆ ਕੁਮਾਰ, ਹਰਪ੍ਰੀਤ ਕੌਰ ਉੱਪਲ, ਸਤਵੀਰ ਕੌਰ, ਵਰਿੰਦਰ ਜੱਸ, ਡਾਕਟਰ ਜੀਵਨ ਸੰਦਰ ਤੇ ਜੱਸ ਅਠਵਾਲ ਨੇ ਜਿੱਤ ਦਰਜ ਕੀਤੀ ਹੈ। ਜਦਕਿ ਤਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ 3ਜੀ ਵਾਰ MP ਚੁਣੇ ਗਏ ਨੇ। ਪੰਜਾਬੀਆਂ ਦੀ ਇਸ ਵੱਡੀ ਜਿੱਤ ਦੇ ਨਾਲ ਪੰਜਾਬ 'ਚ ਬੈਠੇ ਪੰਜਾਬੀਆਂ ਦਾ ਵੀ ਸਿਰ ਉੱਚਾ ਹੋ ਗਿਆ। ਹੁਣ ਯੂਕੇ ਦੀ ਸੰਸਦ ਦੇ ਵਿੱਚ ਵੀ ਪੰਜਾਬੀ ਗਰਜਣਗੇ। ਦੱਸ ਦਈਏ ਕਿ ਯੂਕੇ ਦੀ ਸੰਸਦ ਲਈ 10 ਪੰਜਾਬੀ ਚੁਣੇ ਗਏ ਨੇ। 10 ਪੰਜਾਬੀਆਂ ਨੇ ਬਤੌਰ MP ਜਿੱਤ ਦਰਜ ਕੀਤੀ ਹੈ ਤੇ ਉਹਨਾਂ ਨੂੰ ਸੰਸਦ ਚੁਣਿਆ ਗਿਆ ਹੈ। ਇੱਥੇ ਵੀ ਦੱਸ ਦਈਏ ਕਿ ਇਹਨਾਂ ਦੇ ਵਿੱਚ 5 ਔਰਤਾਂ ਤੇ 5 ਪੁਰਸ਼ ਸ਼ਾਮਲ ਨੇ ਤੇ ਇਹ ਸਾਰੇ ਹੀ ਲੇਬਰ ਪਾਰਟੀ ਦੇ ਨਾਲ ਸੰਬੰਧਿਤ ਨੇ। ਸੋ ਲੇਬਰ ਪਾਰਟੀ ਨੇ ਇੱਥੇ ਯੂਕੇ ਦੇ ਵਿੱਚ ਵੱਡੀ ਜਿੱਤ ਦਰਜ ਕੀਤੀ ਹੈ। ਇਹਨਾਂ ਪੰਜਾਬੀਆਂ ਨੇ ਵੀ ਵੋਟਰਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਭਰੋਸਾ ਜਤਾਇਆ ਤੇ ਬਾਹਰਲੇ ਮੁਲਕ ਵਿੱਚ ਇਹਨਾਂ ਨੂੰ ਮੌਕਾ ਦਿੱਤਾ ਤੇ ਜਤਾਇਆ ਹੈ।